من ساعات الليل والنهارهم وليهم وحافظا وقائد وناصرا ودليل وعينا تاك اسكنه ورزقتهم وتمتعه فيها طويلا يا رب محمد وعلى محمد وجل فرج آل محمد السلام على الحسين وعلى علي بن الحسين وعلى أولاد الحسين وعلى أصحاب الحسين وعلى شهداء الحسين وعلى شريكة الحسين اللهم عجل وليك الفرج بواز برن صلوات ਜੇ ਸਰ ਮਜਮੇ ਸਲਵਾਤ ਸਾਰੇ ਨੂੰ ਯਾਦ ਹੈ ਬੁਲੰਦ ਆਵਾਜ਼ ਨਾਲ ਸਲਵਾਤ ਪੜ੍ਹੋ ਅੱਲਾਹੁਮਾ ਮਿਹਰਬਾਨੀ ਅਗਰ ਤਕਲੀਫ ਨਾ ਸਮਝੋ ਤੋ ਖਵਨ ਕਰਕੇ ਇਸਤਕਬਾਲ ਰੂਹੇ ਮਾਸੂਮੀਨ ਦੀ ਖਾਤਰ ਵੀ ਸਲਵਾਤ ਪੜ੍ਹੋ ਨਾਰੇ ਤਕਬੀਰ ਮਿਲ ਕੇ ਸਾਰੇ ਅਲੀ ਦੇ ਖਾਲਿਕ ਦਾ ਨਾਮ ਛੋ ਵੀ ਨਾਰੇ ਤਕਬੀਰ نعرہ رسالت نعرہ رسالت نعرہ حیدری علی علیہ عزتدار شیعہ سنی پوری طاقت نال دوئیں تھبرند کر کے قرآن دی تلاوت کرو بولو حیدری حسینیت حسینیت یزیدیت محمد و اہل بیت محمد دشمن تے لعنت درود پڑھو چودہ دی عزت بلند آواز نال اللہم ہے مالک کائنات تھوڑا پاک ذکر ٹر کے آیا قبول فرماوے پھر بھائی مار سے باندھی محنت مالک اپنے دربار چ قبول فرماوے بھائی ظفر عباس بھائی اکمل تو لے کے بھائی سجاد بھائی جمشید عزیز کمیل عباس تک سارے دی نوکری مالک اپنے دربار چ قبول فرماوے مالک اللہ انہوں دے ویڑیاں تے اپنی رحمتہ دا نزول فرماوے بہت بڑی دعا منگن لگا اگر سارے آمین شامل ہو مالک اللہ تس سارے اس سال کربلا دا زوار بناوے مالک اللہ اس نازک دور چ ہر عزت دار دی دھی دے نیک نصیب فرماوے مالک اللہ اس صفدے اصلی مالک دا جلدی ظہور فرماوے تمام دعاؤں دی قبولیت واسطے بلند آواز نال صلوات اللہم اے یزد دی نوکری شروع کریے جی ادلے دا بھی حکم ہے جی نوکری پچھلے دا بھی آرڈر ہے جی نوکری پیش کر لوا میرے بعد میرے وڈے بھائی جان حماد اہل بیت بلا شوکت رضا شوکت صاحب تشریف فرما تو بڑے بھائی انہوں نے بھی دعا شامل ہے حال سی تو انشاءاللہ ہر بندہ علی علی کر سی دو سطرم پڑھ کے تو ویکھنے چاچا ذوالفقار کہ میں کتنا پڑھنا ہے تو وطن والے کتنا سننا ہے یار زندگی بے چین ہے تھوڑا سا چین دے ذرا بول سکتا یا رب زندگی بے چین ہے تھوڑا سا چین دے اور کچھ نہیں چاہیے بس زیارت حسین دے جیو بابا میں بس میں حیدری اور کچھ نہیں چاہیے مار جی بس زیارت میاں جی حسین دے شعبان المعظم دا مہینہ باقی ڈیوٹی انشاءاللہ کل جسٹس منظور حسین صاحب دے رہے تھے بھائی ممتاز کو نوکری انشاءاللہ میں دو بجے نوکری دے اچھا ٹھیک ہے چاچا ساری کسرت 15-16 منٹ دے اندر جی بابا شعبان المعظم دا مہینہ اے او مہینہ ہے جس مہینے سادات دے ویڑے چ کئی قرآن نازل ہوئے مرد کئی قرآن نازل ہوئے چلو ایک قرآن دا تذکرہ کر کے قصیدہ شروع کرن لگا 15 شعبان 256 ہجری 11ویں قرآن دے ویڑے چ اللہ نے 12واں قرآن نازل کیا
ਮੈਂ ਬਿਸਮਿਲਾ ਕਰਾਂ, ਸ਼ਾਲੇ ਹੱਥ ਬਾਹਵੇਂ ਦੀ ਜੁੱਤੀ ਨਾਲ ਮਾ ਸੋਵੇਂ। ਚਲੋ ਚਾਰ ਸਤਰਾਂ ਭਾਈ ਰਿਜ਼ਵਾਨ ਇਹਨਾਂ ਦੇ ਹਵਾਲੇ ਕਰਾਂ। ਜੋ ਆ ਗਿਆ ਹੈ ਬਕਾ ਕੀ ਨਵੀਦ ਲਗਤਾ ਹੈ, ਤਮਾਮ ਹੁਸਨ ਉਸੀ ਕੀ ਖਰੀਦ ਲਗਤਾ ਹੈ, ਵੇਲੇ ਵਾਲਿਆਂ ਜਿਸੇ ਖੁਸ਼ੀ ਨਹੀਂ, ਮੌਲਾ ਮਹਿਦੀ ਕੀ ਆਮਦ ਕੀ ਕਸਮ, ਖੁਦਾ ਕੀ ਵੋ ਬੰਦਾ ਯਜ਼ੀਦ ਲਗਤਾ ਹੈ। ਮਿਲ ਕੇ ਕੁਰਾਨ ਪੜੋ ਸਾਰੇ, ਹਾਏ ਦਰੀ ਵਿਸ਼ਨੂੰ ਵੀ ਰਮਜ਼ਾਨ ਬਾਣੀ ਦੀ ਹਸੀਅਤ ਨਾਲ ਮਾਲਿਆ ਲਿਆ, ਔਰ ਯਕਮ ਸ਼ਿਵਾਲ ਨਾ 19 ਰਮਜ਼ਾਨ ਸਾਧਿਆ ਲਿਆ, ਇਨਸ਼ਾਅੱਲਾ 19 ਸ਼ਿਵਾਲ ਉਹ 19 ਰਮਜ਼ਾਨ ਯਕਮ ਸ਼ਿਵਾਲ ਜੂਸਾ ਬਲੋਚਾ 12 ਜ਼ਿਲ੍ਹਾ ਜੂਸਾ ਬਲੋਚਾ ਬਾਣੀ ਦੀ ਹਸੀਅਤ ਨਾਲ ਸਾਰੀਆਂ ਨੌਕਰੀਆਂ ਉਸ ਵਤਨ ਵਾਲੇ ਦੀ ਮਿਹਰਬਾਨੀ ਇੱਜ਼ਤ ਕਰਦੇ ਹੋ ਜੀ। ਬਾਬਾ 20 ਦਾ ਮੈਂ ਪਹਿਲੇ ਕੀਤਾ, ਤੂੰ ਪਤਾ ਨਹੀਂ ਕਿਸ ਸੁਣਿਆ, ਸਲਵਾਤ ਪੜ੍ਹੋ ਤਾਂ ਮੈਂ ਜਨਾਬ ਨੂੰ ਕਸੀਦਾ ਸੁਣਾ ਵਾ। ਸਲਵਾਤ ਇੰਜ ਪੜ੍ਹੋ ਜਿਵੇਂ ਵਾਰਿਸ ਸਲਵਾਤ ਲੈ ਕੇ ਸਲਵਾਤ ਹੇ ਨਲਾ ਹੁਆ। ਮਿਹਰਬਾਨੀ ਭੱਟੀ ਸਾਹਿਬ ਓਏ ਮੌਲਾ ਮਦੀ ਹੁਣ ਆਵੇ ਸਾਨੂੰ ਇੰਤਜ਼ਾਰੇ, ਮੌਲਾ ਮਦੀ ਹੁਣ ਆਵੇ ਸਾਨੂੰ ਇੰਤਜ਼ਾਰੇ, ਸਕਲੈਮ ਜਿਵੇਂ ਮਾਰ ਸਾਹਿਬ ਸਾਨੂੰ ਇੰਤਜ਼ਾਰੇ ਮੌਲਾ ਮਦੀ, ਹੱਥ ਖੋਲੋ ਬਾਈ ਮੁਜੈਦ ਤਜਾਰੇ ਮੌਲਾ ਮਦੀ ਹੁਣ ਆਵੇ ਸਾਨੂੰ, ਮੌਲਾ ਮਦੀ ਹੁਣ ਆਵੇ ਸਾਨੂੰ, ਪਰਦਾ ਗੈਬਤ ਹਟ ਜਾਵੇ ਸਾਨੂੰ ਤਜਾਰੇ, ਪਰਦਾ ਗੈਬਤ ਹਾਂ ਸਾਨੂੰ ਤਜਾਰੇ ਮੌਲਾ ਮਦੀ ਹੁਣ ਆਵੇ ਆ। ਇਹ ਆਲੀ ਆਲੀ ਯਾਲੀ ਆਲੀ ਜ਼ਿੰਦਗੀਆਂ ਦੇ ਰਾਜਵਨ ਦੋ ਕੈਮਰੇ ਲੱਗੇ ਹੋਏ ਲਾਈਵ ਮਜਲਿਸ ਕਿਰਪਾ ਚੱਲ ਰਹੀ ਹੈ, ਦੁਨੀਆ ਸੁਣ ਰਹੀ ਹੈ, ਨਾਲ ਨਵਾਜ਼ ਬੁਖਾਰੀ ਬੇਲਾ ਸੁਰਬਾਣਾ ਆਪਣੇ ਘਰ ਦੇ ਵਿੱਚ ਪਾਕ ਮਿੰਬਰ ਤੇ ਖਲੋ ਕੇ ਜ਼ਿਕਰ ਪਾਕ ਤਿਲਾਵਤ ਕਰ ਰਹੇ, ਇਜਾਜ਼ ਹੁਸੈਨ ਮਹਿਮਾਤਮੀ ਵੇਖਣਾ ਜਿਹੜਾ ਆਪਣੇ ਆਪ ਨੂੰ ਮੁੰਤਜ਼ਰ ਕਾਇਮ ਨਹੀਂ ਸਮਝ ਦੋਵੇ ਚੁੱਪ ਕਰ ਜਾਵੇ, ਸਿਰਫ ਨਾਲ ਨਵਾਜ਼ ਬੁਖਾਰੀ ਦੇ ਦਿਲ ਦੀ ਆਸਮੀ, ਭਾਈ ਜਾਨ ਸ਼ੌਕਤ ਰਾਜ ਸ਼ੌਕਤ ਸਾਹਿਬ ਦੇ ਦਿਲ ਦੀ ਆਸਮੀ, ਕਾਜ਼ੀ ਉਲਫਤ ਦੇ ਦਿਲ ਦੀ ਆਸਮੀ, ਭਾਈ ਮੁਜਾਹਿਦ ਦੇ ਦਿਲ ਦੀ ਆਸਮੀ, ਜਿੱਥੇ ਕੋਈ ਅਲੀਅਨ ਵਲੀਉੱਲਾ ਪੜਨ ਵਾਲਾ ਆਉਂਦਾ ਹੈ, ਹਰ ਇੱਜ਼ਤਦਾਰ ਦੇ ਦਿਲ ਦੀ ਆਸ, ਜੋ ਬਾਰਵਾ ਆਵੇ ਤਾਂ ਹੋਵੇ ਕਿਆ ਘਰ ਘਰ ਅਲਮੇ ਅਬਾਸ ਦਾ ਹੋਵੇ ਕਾਇਮ ਦੀ ਸਰਦਾਰੀ ਹਾਂ, ਸ਼ਾਲੇ ਹੱਥ ਬਾਹਰਵੇਂ ਦੀ ਜੁੱਤੀ ਨਾਲ ਮਸ ਹੋਵੇ ਜਿਹੜੇ ਕੋਲ ਆਲੀ ਆਲੀ ਚਾਚਾ ਜ਼ੁਲਫਕਾਰ ਖੈਰ ਹੋਈ। ਮੈਂ ਬਿਸਮਿਲਾ ਕਰਾਂ, ਪੁੱਤਰਾਂ ਦੇ ਵਕਤ ਨੇ ਮੇਰਾ ਸਰਦਾਰ ਆਵੇ ਦੋਵੇ ਕਿਆ ਘਰ ਘਰ ਅਲਮੇ ਅਬਾਸ ਦਾ ਹੋਵੇ ਕਾਇ ਬੱਟੀ ਸਾਹਿਬ ਹੁਣ ਤਾਂ ਸਿਰੇ ਕਾਇਮ ਨਾਲ ਗੱਲ ਕਾਬੇ ਦੇ ਵਿੱਚ ਮਜਲਿਸ ਹੋਵੇ ਹੋਵੇ ਮਾਤਮਦਾਰੀ, ਅੱਲਾ ਓਡੀ ਦਿਖਲਾਵੇ ਸਾਨੂੰ ਇੰਤਜ਼ਾਰ, ਸਾਰੇ ਹੱਜਾ ਕੇ ਯੋ ਇਮਾਮ ਅਲ ਮੁੰਤਜ਼ਰ, ਯੋ ਇਮਾਮ ਅਲ ਮੁੰਤਜ਼ਰ। ਮੈਂ ਬਿਸਮਿਲਾ ਕਰਾਂ, ਇਹ ਆਲੀ ਆਲੀ ਮੈਂ ਬਿਸਮਿਲਾ ਕਰਾਂ, ਭਾਈ ਜ਼ਫਰ ਵੀ ਦੁਆ ਦੇ ਦਿੱਤੀ, ਨਿਆਸ ਦੇ ਦਿੱਤੀ, ਅੱਲਾ ਮਾਨ ਬਈ ਇਹ ਸਿਲਸਿਲਾ ਹੀ ਸ਼ੁਰੂ ਹੋ ਗਿਆ ਅਤੇ ਭਾਈ ਜਾਨ ਨਾਲ ਵੀ ਇਵੈਂਟ ਦਾ ਵਾਅਦਾ ਕੀਤਾ ਹੀ। ਚਲੋ ਜ਼ਿੰਦਗੀਆਂ ਨਾਰਾਜ਼ ਹੋਵੇ, ਅਗਰ ਅੱਜ ਤੋਂ ਪਹਿਲੇ ਤੁਸੀਂ ਇਹ ਖਿਆਲ ਸੁਣੇ ਹੋਏ ਬੇਸ਼ੱਕ ਨਹੀਂ ਬੋਲਣਾ, ਦੁਆ ਤਾਂ ਹਰ ਕੋਈ ਮੰਗਦਾ, ਅੱਲਾ ਹੁਮ ਅੱਜਲੇ ਵਲੀ ਇਕਲ ਫਰਜ, ਦਿਹਾੜੀ 'ਚ ਇੱਕ ਵਾਰੀ ਆਪਣੇ ਵਕਤ ਦੇ ਇਮਾਮ ਨੂੰ ਜ਼ਰੂਰ ਯਾਦ ਕੀਤਾ ਕਰ, ਜਵੇਦ ਅਬਾਸ ਰੈਗਮ ਬਾਸ, ਲੇਕਿਨ ਗੱਲ ਉਸ ਬੰਦੇ ਨਾਲ ਹੈ ਜਿਹੜਾ ਆਪਣੇ ਆਪ ਨੂੰ ਮੁੰਤਜ਼ਰ ਕਾਇਮ ਸਮਝਦੇ, ਹੱਥ ਆਣੇ ਤੋਂ ਸਲਾਮ ਬਾਹਰਵੇਂ ਸਰਦਾਰ ਦਾ ਕਾਜ਼ੀ ਸਾਹਿਬ ਹੋ ਜਾਣੇ, ਮੇਰਾ ਬਾਹਰਵਾਂ ਆਵੇ ਤੋ ਵੇਖਿਆ ਮਸਜਿਦ ਨਬਵੀ ਦੇ ਵਿੱਚ ਅਕਬਰ ਦੇ ਵਿੱਚ ਆਇਆ ਜ਼ਾਨੇ, ਇਹ ਮਿਆਰ ਹੈ ਮੇਰੇ ਵਤਨ ਦਾ, ਇਹ ਮਿਆਰ ਹੈ ਮੇਰੇ ਜੰਗ ਦਾ। ਮੈਂ ਬਿਸਮਿਲਾ ਕਰਾਂ, ਇਹ ਆਲੀ ਆਲੀ ਬਾਈ ਅਕਮਲ, ਬੜੀ ਕਬੂਲੀਅਤ ਹੈ ਮਜਲਿਸ ਦੀ ਬਾਈ, ਜ਼ਿੰਦਗੀਆਂ ਦਾ ਰਾਜ ਹੋਣ ਜਿਵੇਂ ਅਰਸ਼ਦ। ਮੈਂ ਬਿਸਮਿਲਾ ਕਰਾਂ,
ਆਲੀ ਆਲੀ ਮੇਰਾ ਸਰਦਾਰ ਆਵਿੰਦ ਹੋਵੇ ਕਿਆ ਮਸਜਿਦ ਨਬਵੀ ਦੇ ਵਿੱਚ ਅਕਬਰ ਦੇ ਵਿੱਚ ਆਇਆ ਜਾਣੇ ਮਸਜਿਦ ਅਗਲੀ ਗੱਲ ਵੱਡੀ ਹੈ ਗਾਜ਼ੀ ਮੌਲਾ ਦੀ ਹੱਥੀ ਹੋਵੇ ਸੋਹਣਾ ਅਲਮ ਨਿਸ਼ਾਨੇ ਦੁਨੀਆ ਵੇਖੇ ਲਹਿਰਾਵੇ ਸਾਨੂੰ ਇਹ ਤਜ਼ਾਰੇ ਅਲੀ ਅਲੀ ਕੈਸਰ ਬਸ ਇੱਕ ਮਿੰਟ ਥਾਈ ਖਲੋਗੀ ਇੱਕ ਮਿੰਟ ਤੇ ਆਖੇ ਕਿਆ ਕਸੂਰ ਹੈ ਉਹਨਾਂ ਨਮਾਜ਼ੀਆਂ ਦਾ ਜਿਹਨਾਂ ਨੂੰ ਮਸਜਿਦ ਸ਼ਹੀਦ ਕੀਤਾ ਗਿਆ ਪਿਸ਼ਾਵਰ ਚ ਜੇ ਆਖੇ ਤੂੰ ਏਡੀ ਸੋਹਣੀ ਨਾਰਾ ਲਵਾਏ ਤੇਰੀ ਤਰਫੋਂ ਵਕੀਲ ਬਣ ਕੇ ਆਏ ਸਾਰੇ ਬਜ਼ੁਰਗਾਂ ਵੀਰਾਵਾਂ ਵਤਨ ਵਾਲੇ ਤਰਫੋਂ ਵਕੀਲ ਬਣ ਕੇ ਨਾਰਾਇਣ ਅਬਾਸ ਬੁਖਾਰੀ ਯਜ਼ੀਦ ਦੇ ਵਕਤ ਨਾਲ ਕੋਈ ਗੱਲ ਕਰ ਲਵੇ ਬਾਬਾ ਬਾਈ ਤੂੰ ਜਿਤਨੇ ਨਮਾਜ਼ੀ ਮਾਰ ਜਿਤਨੀ ਮਸਾਜਿਦ ਵਿੱਚ ਬੰਬ ਫਟਾ ਬਾਰਗਾਹ ਵਿੱਚ ਬੰਬ ਫਟਾ ਬੁਖਾਰੀ ਦੀ ਇੱਕ ਗੱਲ ਯਾਦ ਰੱਖੇ ਉਹਨੂੰ ਹੈਦਰੀ ਤੇਗ ਉਠਾਵਣ ਦੇ ਉਹਨੂੰ ਪਰਦਾ ਗੈਬ ਹਟਾਵਣ ਦੇ ਤੇਰੇ ਮੁਕਸਨ ਸ਼ੌਕ ਧਮਾਕਿਆਂ ਦੇ ਮੇਰਾ ਬਾਹਰਵਾਂ ਮੌਲਾ ਆਵਣ ਦੇ ਕਤਲ ਨਮਾਜ਼ੀ ਦਾ ਹੈ ਵਾਸਤਾ ਮੌਲਾ ਕਤਲ ਨਮਾਜ਼ੀ ਦਾ ਕੋਈ ਨਿਕਲੇ ਅਮਨ ਦਰਾ ਮੌਲਾ ਪਰਦੇ ਚੂ ਬਾਹਰ ਆ ਤੁਹਾਡੇ ਵਿਹੜੇ ਆਬਾਦ ਰਵਿੰਦ ਬਾਈ ਜ਼ਿੰਦਗੀਆਂ ਦਰਾਜ਼ ਮਿਲ ਕੇ ਬੋਲੋ ਹਏ ਦਰੀ ਕੋਈ ਨਿਕਲੇ ਅਮਨ ਦਰਾ ਮੌਲਾ ਪਰਦੇ ਚੂ ਬਾਹਰ ਪਰਦੇ ਚੂ ਬਾਹਰ ਪਰਦੇ ਚੂ ਬਾਹਰ ਲਾ ਪਰਦੇ ਭਾਈ ਅਕਮਲ ਗੱਲ ਕਰਾਂ ਹੈ ਦੇ ਚੂ ਮੌਲਾ ਨਾਲ ਮੌਲਾ ਪਰਦੇ ਚੂ ਬਾਹਰ ਜਲਦੀ ਲਾ ਪਰਦੇ ਚੂ ਬਾਹਰ ਆ ਮੌਲਾ ਪਰਦੇ ਚੂ ਹਾਂ ਮੌਲਾ ਅਸਮਤ ਮੀਆਂ ਦੇ ਨਾ ਪਦ ਨਸਬ ਪਲੜਦਾ ਤੇਰੇ ਘਰ ਕੋਲੂ ਮੌਲਾ ਪੈ ਕੰਮੀ ਛੱਡ ਦੇ ਆਖਰੀ ਸ਼ੇਰ ਮੇਰਾ ਘਰ ਰੇ ਮੈਂ ਆਪ ਬਾਨੀ ਭਾਈ ਜਾਨ ਵੀ ਬਾਨੀ ਮੈਂ ਬਿਸਮਿਲਾ ਕਰਾਂ ਖੈਰਾਤ ਮਿਲ ਗਈ ਉਹ ਆਖਰੀ ਮਤ ਵੀ ਤੱਕ ਦੁਆ ਦੇ ਹੱਥ ਚੋ ਤੇ ਮੈਂ ਖਤਮ ਕਰਾਂ ਆਖਰੀ ਸ਼ੇਰ ਸਾਰੇ ਦੁਆ ਦੇ ਹੱਥ ਚੋ ਵਲੀਓ ਅਸਰ ਅਲੈ ਸਲਾਮ ਵਾਰਿਸ ਖੂਨੇ ਹੁਸੈਨ ਵਾਰਿਸ ਦਸਤਾਰੇ ਅਲੀ ਜਲਦੀ ਜਲਦੀ ਬੈਤੁਲਾ ਦੀ ਛੱਤ ਤੇ ਆਓ ਤਾਂ ਹੋਵੇ ਕਿਆ ਬਾਬਾ ਸਹਰਾ ਦੇ ਸਦਕੇ ਮਨਜ਼ੂਰ ਦੁਆ ਹੋਵੇ ਤੇਰੇ ਪਾਸੇ ਦੇ ਨਾਲ ਆਬਾਸ ਖੜਾ ਹੋਵੇ ਕੱਲ ਦੁਆ ਮੰਗੋ ਬਾਹਰੋਂ ਆਵੇ ਆ ਕੇ ਘਰਾਂ ਦੇ ਜਿੰਦਰੇ ਲਹਾਵੇ ਮੈਂ ਨੌਕਰ ਆਵਾਂ ਜੀ ਜੀ ਮੈਂ ਨੌਕਰ ਮੈਂ ਨੌਕਰ ਆ ਬਾਬਾ ਤੁਹਾਡਾ ਮੈਂ ਖੁੱਲ੍ਹਾ ਬਾਹਰੋਂ ਆਵੇ ਮੈਂ ਬਿਸਮਿਲਾ ਕਰਾਂ ਆ ਕੇ ਜਿੰਦਰੇ ਲਹਾਵੇ ਇੱਕ ਇੱਕ ਲਈਨ ਕੋਲ ਪੁੱਛੇ ਕਿਹੜੇ ਜੁਰਮ ਟੁਰਾਈਆਂ ਨੀ ਦਹੀਆਂ ਵਾਲੀ ਸ਼ਾਲਾ ਤੁਹਾਡੀ ਜਾਈਆਂ ਦੇ ਕੱਜ ਹੋਵੇ ਬੜੀ ਕਬੂਲੀਅਤ ਵਾਲਾ ਪੁਰਸੇ ਭਾਈ ਜ਼ਫਰ ਮੇਰਾ ਦਿਲ ਮੰਨਦਾ ਸਫ ਦਾ ਮਾਲਿਕ ਰੱਤ ਬੈਠਾ ਰਹਿੰਦਾ ਭਾਈ ਜਾਨ ਦੁਆ ਕਰੇ ਸੋ ਝੋਲੀ ਛਾ ਕੇ ਦੁਆ ਕਰੇ ਨਾ ਸ਼ਾਲਾ ਤੁਹਾਡੀ ਜਾਈਆਂ ਦੇ ਨੇਕ ਨਸੀਬ ਹੋਵੇ ਸ਼ਾਲਾ ਇਸ ਸਾਲ ਉਹ ਜਾ ਵੇਖੋ ਜਿੱਥੇ ਔਖਾ ਅਕਬਰ ਚੈਂਦਾ ਰਹੀ ਦਰਜਾਤ ਬੁਲੰਦ ਹੋਵੇ ਮੇਰੇ ਦਾਦਾ ਜਾਨ ਸਿੱਧ ਗੁਲਾਮ ਅੱਬਾਸ ਸ਼ਾਹ ਬੋੜੀਆਂ ਵਾਲੇ ਮੁਲਕ 'ਚ ਮੇਰੇ ਹਿੱਸੇ ਦੀਆਂ ਮਜਲਸਾਂ ਮੁੱਕੀਆਂ ਖੈਰਾਤ ਮਿਲੀ ਇਸ ਲਫ਼ਜ਼ 'ਤੇ ਇੱਥੇ ਨਾਂ ਦੀ ਬਣੇ ਮੇਰਾ ਵਤਨ ਹੈ ਮੇਰਾ ਘਰ ਹੈ ਮੈਂ ਜਾਣਨਾ ਆਪ ਬਾਨੀ ਆਖਿਰ ਤੱਕ ਹਰ ਅਜ਼ਾਦਾਰ ਦੀ ਹੈ ਨਿਕਲ ਸੀ ਅਦਬ ਸੁਣ ਦਿਓ ਦਾਦਾ ਜੀ ਆਦਿਨ ਮੁਰਵਤ ਅੱਬਾਸ ਜਿੱਦਾਂ ਜਨਾਜ਼ਾ ਹੀ ਬਾਹਰ ਨਹੀਂ ਆਉਣਾ ਉਹ ਜੀਂਦੀ ਬਦਮਾਸ਼ੇ 'ਚ ਮੈਂ
میں بسم اللہ کروں, میں نوکر بنوں, میں غلام بابا, میں غلام, میں بسم اللہ کروں, یہ تو جنازہ ہی باہر نہ ہی آنا جی سکنا, میں نوکر بنوں. وہ جین دی وطن والے جی قبر ہی حجرے چ بڑنی آئی. او جیندی دادا جی آدھے کہ مستور دے سر تو برکا لہ ونجے وچ بازار نہیں ٹرن دے قابل رہ ویندے اودے جگ وچ رشتہ دار. او میں کائنات قربان کر بابا بہ ون پتہ نہیں کتھے پھوپھی دے برکن رت بیٹھا رہندے. جے تو نیت کے آئے میں سید زامن تیری قضا نہ سی. جڑے ہاتھ بدی بیٹھے ہاتھ کھولو, کھولو ہاتھ. چاچا کیا فائدہ فقیران دی اولاداں مگر ملنگاں نہ کیدا رکھنا, کیا فائدہ ان ہتھاں دا جڑے بنے المالے دے کٹیاں بازواں دا صدقہ ہو, اور المالے دی سہنی دا کوثر بس ماتم ہی نہ کر سکے. میں بسم اللہ کراں بابا. اور ذاکر آلے مادن بھرا دے ادھی بھائی وال, جو میرے کول پوچھ بھرا تو ادھی بھائی وال نہیں, آدھی بھائی وال ہائی دہویں دے دوپہر تک, جس لے اس دے بھی دو گٹھن تے شبیر دے بھی دو گٹھن, تے جس لے بی بی دا برکا لتھے وط بھیرا تو بات لے. او میں کائنات قربان کر دے, او میں کائنات قربان کر دے. بھائی جان نے کیا جملہ کیا, آدن یحرم محرم والے دے اکبر دی شادی دے زیور پا کے برا دی لاش دے کول آ کے آدھی, تیرا تا حسین کوئی نہیں کٹھا نا, میرا تا ہی کو حسین آئی جیڑا کوہا کے میں رسیاں پا کے شام. میں بسم اللہ کرنا, میں بسم اللہ کیا روحانیت بابا, میں نو کرا بابا, میں شالا علی دیاں دیاں توڑی ہے قبول کرے, توڑا ماتم قبول ہو, توڑی جائیاں دے کھج ہوئے بابا, بس ختم ہی تھائیں ایک وین کریے جس تے مریم کربلا دی. میں بسم اللہ کرا بابا, میں بسم اللہ کرا. اے دو اڑھائی سال پہلے دی گل ہے, ایک جج عدالت وچ بیٹھا ہی تے اڑدلی نے آواز لائی ہے زینب حاضر ہو, عدالت وچ کرسی چھوڑ کے پچھلے روم وچ ون کے منہ تے ماتم کرن لگ گئی ہے. نال لے آکھیا کیس نہیں سننا, اس آکھیا میں لعنت کرنا, میں کیا سنا زندگی تے ایسی تے جتھے میں کرسی تے بیٹھا رہا ہوں زینب کھلوتی. او میں کائنات قربان کر دیا, انشاءاللہ دیاں دے نصیب لے کو. میں بسم اللہ, چلو جھولی پھیلاؤ ایک دعا تے ایک وین کرا, سارے جھولی پھیلاؤ اور تواڈی ہائے ہی آمین. اسے میرا اللہ اتنے تک انہاں عزت داراں نوں موت نہ آوے جتنے تک دھیاں تے بہنا رلا کے او بازار نہ ویکھن جتھے بہ کے ٹریاں آلی دیاں دیاں. شالا جدا تو شام جاویں یا دھی تیرے نال ہوئے یا بہن تیرے نال ہوئے, وات تینوں پتہ لگے کیڈا اوکھا حسین بچائیں دی رہی ہے دھی علی. دو مہینے پہلے میں شام چ واپس آیا بھائی, ذریعت عمران شیرازی صاحب دے قافلے چ گیا سی. جداں بھائی جان اساں بازار شام دے دروازے تے پہنچے ہیں, بھائی ذریعت اور حسن روک دیتا نہ لینا باز انہیں مستورا نہ کہ اس بازار چ رش ڈھیر ہے کوئی بھی نہ جاوے, میرا وطن ہے بد نصیب ہو سی جڑا ہے نہ کر سکے, منہ تے 15 مستورا پٹ کے آ دیا نہ سالی ہے چنیاں تو کوئی نہیں. چاچا انہیں آخیا لے ونجو 13 منٹ آدھ بازار تے آ دیا نا, ساڈا ساہ تنگ پیا ہوتا ہے سانو واپس لے جا. میں اتھائی منہ دا پرسا پڑھ کے آخیا کہ نال بھرا ہویا کہنال پیو آیا ہویا کہنال وارث تسا اج بازار نے ٹر سکیا, اکبر دی ماں تیری اپنی کس بات سجے ویکھیا تا اکبر دا قاتل کھبے ویکھیا تا عباس دا بڑا امیر ہے جڑا ہائی نہیں کر سکیا. جی آکھاں جی آکھاں جی آکھاں. میں بسم اللہ, ہو گئی مکان مل گئی خیرات کو, ذاکری نہیں منوا منی, شالا عالیہ تیری ہے قبول فرماوے. اور جدا میں پہلی باری شام گیا حوصلے نال ایک 70 سن تے ایک ہی وین تے بھائی جان دے حوالے منبر کرا, او عزادار تک آخری تک ہو سکدا ہے اسے ہائے دا صدقہ اس سال تو شام دا زوار بن جانے. جدوں میں 2016 وچ پہلی واری شام گیا, جڑا پہلی وار دا چاچا ذوالفقار ظاہر ہوندا ہے نا اودے اپنے جذبات ہوندے ہیں, اپنے درد ہوندے ہیں, اپنی حسرت ہوندی ہے. میں ڈیلی اپنے سالار دے کمرے چ ہویاں, میں کہیا کدا او بازار وکھے سیں
ਜਿੱਥੇ ਆਲੀਆ ਤ੍ਰੈ ਦਿਹਾੜੇ ਚੜ੍ਹਦੇ ਹੀ ਡਿੱਠੇ ਨੇ, ਤ੍ਰੈ ਦਿਹਾੜੇ ਲਾਂਦੇ ਹੀ ਡਿੱਠੇ ਨੇ। ਮੈਨੂੰ ਬੜਾ ਯਾਦ 26 ਜ਼ੁਲਹਜ ਬੁੱਧ ਦਾ ਦਿਹਾੜਾ, ਸੂਕੁਲ ਹਮੀਦੀਆ ਦੇ ਦਰਵਾਜ਼ੇ 'ਤੇ ਉਤਰੇ, ਮੈਂ ਕੋਸ਼ਿਸ਼ ਕੀਤੀ ਦਾਖਲ ਹੋਵਾਂ, ਸਲਾਰ ਮੈਨੂੰ ਆਖਿਆ ਜਲਦੀ ਨਹੀਂ ਕਰਨੀ, ਸਾਡੇ ਨਾਲ ਪਰਦਾਦਾਰ ਡੇਰੇ ਨੇ ਅਤੇ ਇੱਥੇ ਰਸ਼ ਢੇਰ ਹੁੰਦਾ। ਮੈਂ ਸਮਝਾ ਲਿਆ ਤੇਰੀ ਹੈ ਨਿਕਲ ਜਾ ਸੀ, ਤੇਰੀ ਮੁਕਾਣ ਹੋ ਜਾ ਸੀ, ਇੱਥੇ ਰਸ਼ ਢੇਰ ਹੁੰਦੇ, ਅੱਗੂ ਤੇ ਮਰਦ ਪਿੱਛੂ ਤੇ ਮਸਤੂਰਾ। ਪਹਿਲਾ ਕਦਮ ਬਾਜ਼ਾਰ ਸ਼ਾਮ 'ਚ ਰੱਖਿਆ ਭਾਈ ਮੁਜਾਹਦੀ, ਮੈਂ ਨੋਹਾ ਸ਼ੁਰੂ ਕੀਤਾ, ਵਧਾ ਹੌਲੇ ਹੌਲੇ ਭੀੜ ਦੇ ਵਿੱਚ, ਗਯੂਰ ਇਮਾਮ ਸਦਾ ਦੇਵੇ, ਕੋਈ ਇਹ ਜਿਹੜਾ ਟੁਰਨ ਦਾ ਰਾਹ ਦੇਵੇ, ਕੋਈ ਇਹ ਜਿਹੜਾ ਮੇਰੀ ਕੈਦਣ ਨੂੰ ਬਾਜ਼ਾਰ ਦੀ ਭੀੜ ਹਟਾ ਦੇਵੇ, ਕੋਈ ਇਹ ਜਿਹੜਾ ਚਾਦਰ ਹੈ। ਸਾਡੇ ਫੈਸਲਾਬਾਦ ਦਾ ਸਈਅਦ ਹੈ ਮਾਤਮੀ ਦਸਤੇ ਦਾ ਸਲਾਰੇ ਦੌੜੇ ਦੀਵਾਰੇ ਟੱਕਰ ਮਾਰਨ ਵਾਸਤੇ, ਮੈਂ ਜਾ ਕੇ ਉਹਦੇ ਹੱਥ ਪਕੜੇ, ਮੈਂ ਕਿਹਾ ਦੁਕਾਨ ਦੀ ਦੀਵਾਰ ਇੱਕ ਟੱਕਰ ਰੁਪਈਏ ਮਰੇ ਨੇ, ਮੁੜ ਕੇ ਉਹਦੇ ਨਲੈਨ ਬਾਸ ਮੰਗ ਦੁਆ ਸ਼ਾਲਾ ਮੈਨੂੰ ਮੌਤ ਆ ਜਾਵੇ। ਮੈਂ ਕਿਹਾ ਮੌਤ ਕਿਉਂ ਮੰਗਣਾ ਹੈ, ਆਹਦੇ ਨਲੈਨ ਬਾਸ ਤੂੰ ਵੀ ਪਹਿਲੀ ਵਾਰੀ ਆਇਆ, ਆਇਆ ਮੈਂ ਵੀ ਪਹਿਲੀ ਵਾਰੀ, ਲੇਕਿਨ ਬੜਾ ਫਰਕ ਹੈ। ਮੈਂ ਕਿਹਾ ਸਾਰੇ ਮਾਤਮ ਪਏ ਕਰੇ ਨੇ, ਸ਼ਾਲਾ ਅੱਛੀ ਆਦਾ ਉਹ ਸੀ ਜਿਹੜਾ ਸਰ 'ਤੇ ਆ ਜਾ ਸੀ। ਮੈਂ ਕਿਹਾ ਮਾਤਮ ਦੀ ਵਜ੍ਹਾ ਦੱਸ, ਤੂੰ ਮੌਤ ਵੀ ਮੰਗਣਾ ਹੈ, ਪਿੱਟ ਕੇ ਆਦੇ ਨਲੈਨ ਬਾਸ, ਆਇਆ ਤੂੰ ਵੀ ਪਹਿਲੀ ਵਾਰੀ, ਆਇਆ ਮੈਂ ਵੀ ਪਹਿਲੀ ਵਾਰੀ, ਲੇਕਿਨ ਫਰਕ ਬੜੇ, ਤੂੰ ਇਕੱਲਾ ਆਇਓ, ਇਹ ਮੇਰੇ ਨਾਲ ਦੋ ਭੈਣਾਂ ਆਈਆਂ ਹੋਈਆਂ ਨਾ, ਕਿਸ ਬਾਜ਼ਾਰ 'ਚੋਂ ਆਜ ਮੈਨੂੰ ਭੈਣ ਲਗਾਉਂਦੇ ਆ, ਸ਼ਰਮ ਪਈ ਆਉਂਦੀ ਏ, ਇਹੋ ਬਾਜ਼ਾਰ ਆਈ 125,000 ਬਦਮਾਸ਼ ਦਾ ਮਜਮਾਹਾ, ਅੱਧ ਵਿਚਕਾਰ ਆਦੀ ਆਈ ਨਾ ਮਾਰੋ ਮੇਰੀ ਮਾਂ ਦਾ ਜਨਾਜ਼ਾ ਹੀ ਅੱਧ ਰਾਤ, ਆਦੀ ਆਈ ਨਾ ਮਾਰੋ ਮੇਰੇ ਬੂਹੇ ਦੇ ਪਹਿਰੇਦਾਰ ਦਾ ਨਾਮ ਅੱਬਾਸ, ਜੀ ਆਖਾਂ ਜੀ ਆਖਾਂ ਜੀ ਆਖਾਂ, ਕਿਤੇ ਕਿਤੇ ਵੇਖਾਂ ਮੈਂ ਨੌਕਰਾਂ ਬਾਬਾ ਹਰਜ਼ਾਦਾਰ ਦਾ, ਖਤਮ ਖਤਮ। ਤ੍ਰੈ ਦਿਹਾੜੇ ਖਲੀਆਂ ਰਹੀਆਂ, ਦੋ ਹੀ ਵੈਣ ਕਰਨੇ ਨੇ, ਮੇਰੇ ਹਿੱਸੇ ਦੀ ਮੁਕਾਣ ਹੋ ਗਈ ਬਹੁਤ ਸੋਹਣੀ। ਤ੍ਰੈ ਦਿਹਾੜੇ ਖਲੀਆਂ ਰਹੀਆਂ, ਬਾਜ਼ਾਰ ਸਜਦੇ ਰਹੇ, ਦਰਬਾਰ ਸਜਦੇ ਰਹੇ, ਕਿਸੇ ਦੇ ਦਿਲ 'ਤੇ ਨਾ ਗਵਾਰ ਗੁਜ਼ਰੇ, ਸੱਯਦ ਸਮਝ ਕੇ ਮਾਫ਼ ਕਰੇ, ਬਾਹਰੋਂ ਰੱਤ ਰੋਕਿਆ ਤੇ ਰਿਵਾਇਤ ਨਾ ਲੁਕਾ, ਦੱਸ ਮੇਰੀ ਦਾਦੀ ਬਾਜ਼ਾਰ ਟੁਰੀ ਕਿਹੜੇ ਰੰਗ 'ਚ। ਉਹ ਇੱਜ਼ਤਦਾਰੋ, ਤ੍ਰੀਜੇ ਦਿਹਾੜੇ ਮੌਲਾ ਸੱਜਾਦ ਦੇ ਹੱਥਾਂ 'ਤੇ ਰੁੱਕਾ ਲਿਖੀ ਕੇ ਆਇਆ, ਸੱਜਾਦ ਸੱਜਾਦ ਇਹ ਤੇਰੀ ਸ਼ਾਮ ਨਹੀਂ, ਸੱਜਾਦ ਇਹ ਮੇਰੀ ਸ਼ਾਮ ਹੈ, ਸੱਜਾਦ ਤੇਰੀ ਪਾਕ ਅੰਮਾ ਟੁਰ ਗਿਆ ਸੀ, ਪਤਾ ਨਾ ਲਿਓ ਮੇਰਾ ਵਤਨ ਨਾ ਸਮਝੇ ਤੂੰ ਕੌਣ ਸਮਝੇ। ਮੌਲਾ ਸੱਜਾਦ ਅਲੇ ਸਲਾਮ ਦੀ ਰਾਤ ਵਧੀਏ, ਪੁੱਤਰ ਨੂੰ ਰੋਂਦਾ ਵੇਖ ਕੇ ਆਦੀਆ, ਰੋਂਦਾ ਕਿਉਂ, ਟੁਰਨਾ ਮੈਂ ਹੈ ਰੋਂਦਾ ਤੂੰ ਹੈ, ਤੋੜ ਤੱਕ ਸਾਰੇ ਹਾਏ ਕਰੇ ਸੋ ਤ੍ਰੀਜੇ ਦਿਹਾੜੇ ਹਾਏ ਇੰਜ ਕਰੇ ਜਿਵੇਂ ਪਾਕ ਕਿਸੇ ਸਹੀ ਆਜ਼ਾਦੀ ਦਾ ਪਾਕ ਜਨਾਜ਼ਾ ਪੀ ਉੱਠ ਦੋਵੇ। ਉਹ ਇੱਜ਼ਤਦਾਰੋ, ਤ੍ਰੀਜੇ ਦਿਹਾੜੇ ਨਾਓ ਦੇ ਅਲੀ ਪੜ੍ਹ ਕੇ, ਫਿਰਾ ਅੱਬਾਸ ਦੀ ਸ਼ੁਜਾਤ ਵਿਖਾ ਕੇ, ਅਯੂਬ ਦੇ ਸਬਰ 'ਤੇ ਕਦਮ ਰੱਖ ਕੇ, ਨਾਨੇ ਦੇ ਦੀਨ ਦੀ ਤਕਮੀਲ ਦੀ ਖਾਤਰ, ਅਲੀ ਦੀ ਮਰੀਅਮ ਮਿਜ਼ਾਜ ਦੀ ਰੱਖੇ ਬਾਜ਼ਾਰ 'ਚ ਪਹਿਲਾ ਕਦਮ। ਕੋਈ ਤਾਂ ਹਾਏ ਕਰਨ ਲਈ ਬੈਠਾ ਸੀ ਅਤੇ ਮੈਂ ਸਖ਼ਤ, ਮੈਨੂੰ ਪਤਾ ਮੇਰਾ ਵਤਨ ਸੁਣਦਾ ਨਹੀਂ, ਮੈਂ ਲੁਕਾ ਨਾ ਸਕਦਾ, ਇਸ਼ਾਰਾ ਕਰੇ ਨਾ, ਅਤੇ ਸ਼ੁਰੂ ਹੋਈ ਹੈ ਬਾਰਿਸ਼, ਤੋੜ ਤੱਕ ਹਰ ਅਦਾਦਾਰ ਹਾਏ ਕਰੇ ਸੀ, ਤੜਪੀਏ ਅਲੀ ਦੀ ਉਮਲ ਮਸਾਹਿਬ ਦੀ, ਅਕਲ ਮਾਰ ਗਿਆ ਦਿਨ ਸਜਿਆ, ਮੈਂ ਦਰਵੇਖ ਮੈਂ ਅਲੀ ਦੀ ਧੀਆ, ਕੋਈ ਜਵਾਬ ਨਹੀਂ ਆਇਆ, ਬੀਬੀ ਆ ਜਨ ਮੇਰੇ ਨਾਲ ਬਾਲ, ਮੈਂ ਗਾਜ਼ੀ ਦੀ ਭੈਣਾ, ਕੋਈ ਜਵਾਬ ਨਹੀਂ ਆਇਆ, ਜਿਹੜੇ ਮਾਤਮੀਓ ਸਜਾ ਦਲ ਵੇਖ ਕੇ ਆ ਜਨ ਕਿਉਂ ਵਾਧ ਗਈ ਹੈ ਵੀ, ਬਾਜ਼ਾਰ ਦੀਆ ਮੈਂ ਦੇ ਮੈਨੂੰ ਸੋਹਣਾ ਬੁਧਾਰ ਡਸਾਏ, ਤੇ ਕਿਆ ਮੈਂ ਤੋਂ ਪਹਿਲੇ ਹਾਇਓ ਸ਼ਾਮ ਦੇਵੇ ਜਾਵਾ, ਮਹਿਮਾਨ ਕਦੀ ਨਹੀਂ ਆਏ, ਰੋ ਕਿਆ ਦਿਨ ਅੱਗੇ ਚਾਦਰ ਦਾ ਅਰਮਾਨ ਹਮੋਰੀ। ਭਾਈ ਇਰਫਾਨ ਥੋੜ੍ਹੀ ਮਦਦ ਕਰੇ ਸੁਣ, ਉਹ ਜਿਹੜਾ ਮੈਂ ਬਾਜ਼ਾਰ ਸ਼ਾਮ ਵਿੱਚ ਖਲੋ ਕੇ ਕੀਤਾ, ਵਤਨ ਵਾਲਿਆਂ ਨੂੰ ਦਿਲ ਦੁੱਖ ਜਾਵੇ ਤਾਂ ਸੱਯਦ ਸਮਝ ਕੇ ਮਾਫ਼ ਕਰਿਆ ਹੈ। ਭਾਈ ਜਾਨ ਦੁਆ ਕਰੋ ਤਾਂ ਇੱਕ ਰਿਵਾਇਤ ਇਹਨਾਂ ਦੇ ਹਵਾਲੇ ਕਰਾਂ। ਭਾਈ ਜ਼ਫਰ ਅਬਾਸ, ਤੁਸਾਂ ਬਾਣੀਆਂ ਮਜਲੇ ਸੋ, ਮਾਵਾਂ ਧੀਆਂ ਤੁਹਾਡੀਆਂ ਮਹਿਮਾਨ ਨੇ ਨਾ, ਅੱਜ ਇਜਾਜ਼ਤ ਦਿਓ ਜਿਹੜੇ ਬਾਣੀਓ ਤਾਂ ਇੱਕ ਰਿਵਾਇਤ ਉਹ ਮੁਕਾਣੀਓ, ਇਸ ਸ਼ਾਮ ਦੇ ਬਾਜ਼ਾਰ 'ਚ ਇੱਕ ਔਰਤ ਜਿਹਦੀ ਝੋਲੀ 'ਚ ਵਜ਼ਨੀ ਪੱਥਰ, ਇਹ ਪੱਥਰ ਲੈ ਕੇ ਮਕਾਨ ਦੀ ਛੱਤ ਚੜੀ ਹੋਈ ਹੈ, ਨਾਲ ਅਲੀ ਔਰਤ ਦੀ ਪੱਥਰ ਮਾਰ, ਅਜੇ ਉਹਦਾ ਮਰੇ ਸਾਂਝ ਦਾ ਆਲੀਆ ਗੁਜ਼ਰ ਸੀ ਆਏ, ਆਦੀਏ ਉਹਦਾ ਮਰੇ ਸਾਂਝ ਦਾ ਉਹ ਗੁਜ਼ਰ ਸੀ, ਜਿਹਨੂੰ ਤੁਰਨ ਦਾ ਵਾਲ ਨਹੀਂ ਆਉਂਦਾ, ਉਹ ਵਤਨ ਵਾਲੇ ਉਹ ਜਿਹੜੇ
ਮਾਤਮੀ ਬੈਠੇ ਹੋ, ਇਹ ਗੱਲ ਕਹਿ ਸੁਣੀਏ, ਘੋੜੇ ਦੀ ਗਰਦੇ ਨਾਲ ਗਾਜ਼ੀ ਦੇ ਸਰ ਸੁਣੀਏ, ਅਲਮਾਲੇ ਦੇ ਸਰ ਬਾਜ਼ਾਰ ਚ ਪਰਵਾਜ਼ ਸ਼ੁਰੂ ਕੀਤੀ ਹੈ, ਉੱਠੀ ਆਇਆ ਹੈ ਜਿੱਥੇ ਲਾਹੌਰ ਵਾਲੀ ਭੈਣ ਖਲੀਆ ਸਾ, ਭੈਣ ਦੇ ਕੰਨ ਨਾਲ ਗਾਜ਼ੀ ਮੂੰਹ ਚਲਾਇਆ ਹੈ, ਰੁਨੈਣ ਤੇਰਾ ਕਿਆ ਦਿਨ ਹੈ ਯਾ ਖਤਰਾ ਵਿੱਚ, ਉਹ ਬਾਜ਼ਾਰ ਰੁਕਈਆ ਦੋਏ ਕਰਨਾ ਭਾਏ ਨਾ ਦਿਫਾਏ ਇੰਜ ਨਹੀਂ ਦੱਸਣਾ ਜੀ, ਮੈਂ ਭੈਣ ਗਾਜ਼ੀ ਲਾਏ ਆਪਣਾ ਨਾ ਜੀ, ਗਾਜ਼ੀਆ ਦੇ ਹਰ ਮੋੜ ਤੇ ਆਖ ਮਿਆ ਲਿਆ, ਪੜਾ ਯਾ ਛੋੜਾ, ਪੜਾ ਯਾ ਛੋੜਾ ਜੀ ਬਾਬਾ, ਜੀ ਬਾਬਾ, ਗਾਜ਼ੀਆ ਦੇ ਹਰ ਮੋੜ ਤੇ ਆਖ ਮਿਆ ਲਿਆ, ਚਲੋ ਮਾਤਮ ਉਹ ਕਰੇ ਜਿਹੜਾ ਈਦ ਵਾਲੀ ਰਾਤ ਲਾਹੌਰ ਵਾਲੀ ਸੈਣ ਦੇ ਬੂਹੇ ਤੇ ਵਹਿੰਦਾ ਵਜਣਾ ਚਾਹੁੰਦਾ ਹੈ, ਵਤਨ ਵਾਲੇ ਜਦੋਂ ਗਾਜ਼ੀ ਮੌਲੇ ਗੱਲ ਕੀਤੀ ਹੈ, ਤੇਰੀ ਲਾਹੌਰ ਵਾਲੀ ਸੈਣ ਕੋਈ ਜਵਾਬ ਦਿੱਤਾ ਯਾ ਕੋਈ ਨਾ, ਪਹਿਲੇ ਵਾਲੇ ਮੇਰੀ ਸੈਣ ਅਲਹਿਦਾ ਹੋਏ ਨਾ, ਇੰਨਾ ਔਰਤਾਂ ਦਰ ਵੇਖ ਕੇ ਮੈਂ ਵੱਖਰੀ ਦੀ ਅਲੀ ਦੀ ਹਾਂ, ਮੈਂ ਪਿਓ ਦੇ ਬਦਲੇ ਨਹੀਂ 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 ਥੱਕ ਕੇ ਨਾ ਸੁਣ ਲੈ ਯਾਰ, ਬੜਾ ਮੈਂ ਆਲੀਆ ਦਾ ਬਾਜ਼ਾਰ ਤੇ ਤੂੰ ਹਾਈ ਨਾ ਕਰੇ ਜੀ ਬਾਬਾ, ਇਸੇ ਸ਼ਾਮ ਦੇ ਬਾਜ਼ਾਰ ਚ ਜਦਾ ਅਲੀ ਦੀਦੀ ਬੋਲੀ ਹੈ ਬੋਲੀ ਫਿਰਾ ਅੱਬਾਸ ਦੇ ਲਹਿਜੇ ਚ, ਬੱਟੀ ਸਾਹਿਬ ਮੇਰੀ ਸੈਣ ਦਾ ਬੋਲਣਾ ਹੀ ਨਬੀ ਦਾ ਸਾਹਬੀ ਹੈ, ਰੱਖੀ ਤੂੰ ਨਬੀ ਨੇ ਨਾਮ ਅਬਦੁੱਲਾ ਹੈ, ਇੱਕ ਸਿਪਾਹੀ ਦਾ ਮੋਢਾ ਲਾ ਗਿਆ ਤੇ ਅੱਲਾ ਦੇ ਨਾ ਤੜਸ ਬਜ਼ਾਰ, ਅਲੀ ਦਾ ਕਿਹੜਾ ਪੋਤਰਾ ਅਵਦਾ ਹੈ, ਆਦੇ ਲੈ ਜਾ ਤੂੰ ਭੁੱਲਦਾ ਤਾਂ ਨਹੀਂ, ਲੈ ਜਾ ਤਾਂ ਅਲੀ ਨਾਲ ਪਿਆ ਰਲਦਾ ਹੈ, ਸਿਪਾਹੀਆ ਤੇ ਅਬਦੁੱਲਾ ਸ਼ੁਕਰ ਕਰ, ਤੇਰੀ ਅੱਖੀ ਨਾਲ ਕੋਈ ਨਹੀਂ ਆ, ਤੇਰੀ ਅੱਖੀ ਹੋਵੇ ਨਾ ਤੂੰ ਇੱਥੋਂ ਹੀ ਮੌਤ ਚ ਮੰਗਿਆ, ਅਬਦੁੱਲਾ ਤੇ ਮੌਤ ਚ ਮੰਗਾ ਹਾਂ, ਸਿਪਾਹੀਆ ਤੇ ਸ਼ਾਮ ਦੇ ਇਸ ਬਜ਼ਾਰ ਅਲੀ ਦਾ ਪੁੱਤਰ ਨਹੀਂ ਬਾਜ਼ਾਰ ਚ ਜ਼ੈਨਬ, ਆਇਓ ਆਈ ਖੜੀਏ ਲਾਇਨੋ ਭਰ ਜਾ, ਇਸੇ ਸ਼ਾਮ ਦੇ ਬਾਜ਼ਾਰ ਚ ਅੰਧੇ ਨੂੰ ਵੱਖੀ ਆਲੀਆ ਸੈਣ ਦਿੱਤੀਆ ਜੀ ਬਾਬਾ, ਹੱਥ ਚਾਵੇ ਜੇ ਤੇ ਘਰ ਤੇ ਅੱਬਾਸ ਡਾਲਾ ਮੈਂ ਹੱਥ ਚਾਓ, ਇਹ ਹੱਥ ਸਰ ਤੇ ਰੱਖੋ ਜਿਹਨਾਂ ਮੁਸੱਲੇ ਤੇ ਦੁਆ ਕਰਨੀ ਹੈ, ਉਹ ਬੇਲੇ ਵਾਲਿਓ ਜਿਹੜਾ ਅਬਦੁੱਲਾ ਡਿੱਠਾ ਸ਼ਾਮ ਦਾ ਬਾਜ਼ਾਰ ਆਲੀਆ ਸੈਣ ਬਹਿ ਕੇ ਪਏ, ਅਬਦੁੱਲਾ ਬਾਈ ਵਧਾਈਆਂ ਨਜਫ ਵਾਲੇ ਪਾਸੇ ਜਿਹੜਾ ਵੈਣ ਕੀਤਾ ਵੈਣ ਸੁਣਾ ਮੈਂ ਮਾਤਮੀਆਂ ਨਾ, ਅਬਦੁੱਲਾ ਆਥ ਹੈ ਆ ਜਾ ਨਜਫ ਦਾ ਵਾਲੀ ਮਜਮੇ ਚ ਪਹਿਲੀ ਵਾਰੀ ਆ, ਜ਼ੈਨਬ ਨੂੰ ਚੁਰਦਾ ਵੇਖ ਲੈ, ਬਦਮਾਸ਼ ਨੱਚਦੇ ਪਏ ਨਾ ਕਾਤਿਲ ਵੀ ਹੱਸਦੇ, ਜੀ ਬਾਬਾ ਜੀ ਬਾਬਾ, ਜੇ ਜਿਹਨਾਂ ਘਰ ਤਾਂ ਹੀ ਰੋਣਾ ਅਬਦੁੱਲਾ ਦੇ ਮੇਰੀ ਸੈਣ, ਤੂੰ ਸੋਚਾ 18 ਫਿਰਾਵਾਂ ਦੀ ਭੈਣ ਆਏ ਫਿਰਾਵਾਂ ਦੇ ਬਾਅਦ ਕੇ ਬਣੀ ਆ, ਉਹ ਮਾਤਮੀ ਉਹ ਸੈਣ ਰੁਨੇ ਨਾ, ਆਦਨ ਚਾਚਾ ਕੇ ਡਸਾਂ ਵਾਲਾ ਨਾਲ ਮੂੰਹ ਲੁਕ ਰੋ ਕੇ ਬਹਿ ਗਈਆਂ, ਨੇਜ਼ਿਆਂ ਦੇ ਨਾਲ ਚਾਦਰਾਂ ਵੀ ਲਹਿ ਗਈਆਂ, ਆਏ ਵਾਲਾ ਨਾਲ ਮੂੰਹ ਜੀ ਨੇਜ਼ ਮਾਤਮ ਸਰਦਾ ਸਾਰੇ ਆਖਰੀ ਤੱਕ ਜੀ, ਅਬਦੁੱਲਾ ਤੇ ਮੇਰੀ ਸੈਣ ਮਰ ਕਿਸੇ ਨਹੀਂ ਜਾਵਣਾ ਜੀ ਬਾਬਾ, ਮੈਂ ਫਿਰ ਪੜ ਦੇਣਾ ਵਾਲ ਨਾਲ ਮੂੰਹ ਲੁਕਾ ਕੇ ਰੋਕ, ਖੈਰ ਬਈ ਮਰ ਕਿਸੇ ਨਹੀਂ ਵਹਿਣਾ, ਅਬਦੁੱਲਾ ਤੇ ਮੇਰੀ ਸੈਣ ਵੱਡੀ ਤਕਲੀਫ ਕਰ ਬਲਾ ਚੋਈਨੇ ਕੂਫੇ ਚੋਈਏ ਜਾਂ ਸ਼ਾਮ ਵਿੱਚ, ਉਹ ਜਿਹੜਾ ਅਦਬ ਸੁਣਦਾ ਹੈ ਮਾਤਮ ਕਰਕੇ ਜੇ ਕਿਹੜ ਸਾਈ ਜਾਂ ਗਾਲ ਜੀ ਗਰਮ ਕੂਹ ਖਾ ਗਈ ਬਾ ਵਫਾ ਦੀ ਲਾਸ਼ ਤੇ